ਤੁਹਾਨੂੰ ਕੀ ਕੀਤਾ ਮੈਂ ਡੀਕਿਆ ਜਿਗਰਾ ਕਰਕੇ ਡੀਕਿਆ ਤੁਸੀਂ ਜਿਗਰਾ ਕਰਕੇ ਪ੍ਰਭੂ ਦੀ ਇਹ ਡੀਕ ਕਰਨੀ ਆ ਉਹਦੇ ਉੱਤਰ ਦੀ ਤੁਸੀਂ ਦੇਖਣਾ ਕਿ ਦੋ ਦਿਨ ਮੈਂ ਦੁਆ ਕੀਤੀ ਨਹੀਂ ਉੱਤਰ ਮਿਲਿਆ ਇਹਦਾ ਮਤਲਬ ਆ ਤੁਸੀਂ ਸੋਚਣਾ ਕਿ ਮੇਰੇ ਵਿੱਚ ਕਮੀ ਆ ਪ੍ਰਭੂ ਵਿੱਚ ਕੋਈ ਵੀ ਕਮੀ ਨਹੀਂ ਆ ਉੱਠਣਾ ਨਹੀਂ ਆ ਬੈਠੇ ਰਹਿਣਾ ਦੁਆ ਕਰਦੇ ਰਹਿਣਾ ਬੰਦਗੀ ਕਰਦੇ ਰਹਿਣਾ ਆਰਾਧਨਾ ਕਰਦੇ ਰਹਿਣਾ ਇੰਤਜ਼ਾਰ ਕਰਦੇ ਰਹਿਣਾ ਕਿ ਪ੍ਰਭੂ ਚਲੋ ਤੂੰ ਕੱਲ ਨਹੀਂ ਆਇਆ ਤੇ ਕੋਈ ਗੱਲ ਨਹੀਂ ਅੱਜ ਮੈਂ ਫੇਰ ਤੇਰੇ ਅੱਗੇ ਬੈਠੂੰਗੀ ਅੱਜ ਫੇਰ ਤੇਰੇ ਅੱਗੇ ਦੁਹਾਈ ਦਊਂਗੀ ਫੇਰ ਦੁਆ ਕਰੀ ਜਾਣੀ ਕਰੀ ਜਾਣੀ ਇੰਨੀ ਦੁਆ ਕਰੋ ਇੰਨੀ ਬੰਦਗੀ ਕਰੋ ਇੰਨੀ ਭਗਤੀ ਕਰੋ ਇੰਨੀ ਆਰਾਧਨਾ ਕਰੋ ਕਿ ਪ੍ਰਭੂ ਮਜਬੂਰ ਹੋ ਜਾਏ ਤੇ ਸਵਰਗ ਤੋਂ ਤੁਹਾਡੇ ਲਈ ਨੀਚੇ ਆ ਕੇ ਤੁਹਾਡੇ ਅੱਗੇ ਝੁਕ ਕੇ ਤੁਹਾਡੀ ਕੀ ਕਰੇ ਸੁਣ ਲਵੇ ਝੁਕ ਕੇ ਤੁਹਾਡੀ ਕੀ ਕਰੇ ਉਹ ਸੁਣ ਲਵੇ ਤੁਹਾਨੂੰ ਮਜਬੂਰ ਕਰਨਾ ਪਵੇਗਾ ਪ੍ਰਭੂ ਨੂੰ ਮਜਬੂਰ ਕਰ ਦੋ ਦੁਆ ਕਰ ਕਰਕੇ ਬੰਦਗੀ ਕਰ ਕਰਕੇ ਆ ਪਵਿੱਤਰ ਆਤਮਾ ਮੈਨੂੰ ਸ਼ਕਤੀ ਦੇ ਆ ਪਵਿੱਤਰ ਆਤਮਾ ਮੈਨੂੰ ਸਮਰਥ ਦੇ ਆ ਪਵਿੱਤਰ ਆਤਮਾ ਮੈਨੂੰ ਆਪਣੇ ਵਰਗਾ ਕਰ ਦੇ ਆਓ ਪਵਿੱਤਰ ਆਤਮਾ ਜੀ ਮੈਨੂੰ ਆਪਣੀ ਸਮਰਥ ਦੇ ਨਾਲ ਭਰ ਪ੍ਰਭੂ ਮੇਰੇ ਕੋਲ ਆ ਮੈਨੂੰ ਤੇਰੀ ਲੋੜ ਆ ਪ੍ਰਭੂ ਮੇਰੇ ਕੋਲ ਆ ਮੇਰੇ ਮੇਰੇ ਜੀਵਨ ਦੇ ਵਿੱਚ ਆ ਮੇਰੇ ਘਰ ਚ ਆ ਮੇਰੇ ਬੱਚਿਆਂ ਦੇ ਵਿੱਚ ਆ ਪ੍ਰਭੂ ਮੈਂ ਤੇਰੀ ਅਡੀਕ ਕਰ ਰਹੀ ਹਾਂ ਆ ਪ੍ਰਭੂ ਮੈਂ ਤੇਰੀ ਅਡੀਕ ਕਰਦਾ ਹਾਂ ਪ੍ਰਭੂ ਮੇਰੇ ਕੋਲ ਆ ਪ੍ਰਭੂ ਮੇਰੇ ਕੋਲ ਆ ਮੈਂ ਪ੍ਰਭੂ ਤੇਰੇ ਕੋਲ ਸ਼ਾਂਤੀ ਲੈ ਕੇ ਰਹਿਣਾ ਮੈਂ ਤੇਰੇ ਕੋਲ ਚੰਗਿਆਈ ਲੈ ਕੇ ਹੀ ਰਹਿਣਾ ਮੈਂ ਤੇਰੇ ਕੋਲ ਖੁਸ਼ੀ ਲੈ ਕੇ ਰਹਿਣਾ ਮੈਂ ਤੇਰੇ ਕੋਲ ਆਨੰਦ ਵਾਲਾ ਜੀਵਨ ਲੈ ਕੇ ਹੀ ਰਹਿਣਾ ਕਿਉਂਕਿ ਤੇਰੇ ਕੋਲ ਸ਼ਾਂਤੀ ਵੀ ਆ ਮੁਕਤੀ ਵੀ ਆ ਚੰਗਿਆਈ ਵੀ ਆ ਆਰਾਮ ਵੀ ਆ ਹਰ ਚੀਜ਼ ਆ ਪ੍ਰਭੂ ਤੇਰੇ ਕੋਲ ਉਹ ਮੈਂ ਪ੍ਰਭੂ ਤੇਰੇ ਕੋਲ ਲੈ ਕੇ ਹੀ ਰਹਿਣਾ ਉੱਠਾਂਗੀ ਉਦੋਂ ਜਦੋਂ ਤੂੰ ਮੇਰੇ ਨਾਲ ਬੈਠੇਗਾ ਤੇ ਮੈਨੂੰ ਉਠਾ ਲਏਗਾ ਬੋਲ ਦੋ ਹਾਲੇਲੂਯਾ ਪ੍ਰਭੂ ਨੂੰ ਇੰਨਾ ਮਜਬੂਰ ਕਰ ਦੋ ਏਦਾਂ ਦੀ ਤੁਹਾਡੀ ਦੁਆ ਹੋਵੇ ਤੇ ਬਿਮਾਰੀਆਂ ਚਲੀਆਂ ਕਿਹੜੀ ਭੂਤਨੀ ਰਾਤ ਨੂੰ ਆਏਗੀ ਭਲਾ ਭੂਤਨੀ ਦੀ ਵੀ ਭੂਤਨੀ ਤਾਂ ਤੁਹਾਡੇ ਕੋਲ ਡਰੇਗੀ ਉਹ ਭੂਤ ਤੇ ਤੁਹਾਡੀ ਤੁਹਾਡੇ ਵੱਲ ਵੇਖ ਵੇਖ ਕੇ ਉਹ ਭੱਜ ਜਾਏਗਾ ਉਹਦੇ ਕਹੂਗਾ ਕਿਤੇ ਕਸ਼ਮੀਰੋ ਘਰ ਨਾ ਇਹ ਕਿਤੇ ਚਲੀ ਆ ਕਿਤੇ ਇਹਨਾਂ ਦੇ ਘਰ ਨਾ ਆ ਜੇ ਉਹਨੂੰ ਪਤਾ ਵੀ ਜੇ ਇਹ ਘਰ ਆ ਗਈ ਤੇ ਮੈਨੂੰ ਕੀ ਭੱਜਣਾ ਪਵੇਗਾ ਉਹ ਸ਼ੈਤਾਨ ਤੁਹਾਡੇ ਕੋਲ ਡਰੇ ਤੁਸੀਂ ਕਿਉਂ ਡਰੋ ਯਸੂ ਨੇ ਕੀ ਆਤਮਾ ਜਿਹੜਾ ਤੁਹਾਨੂੰ ਦਿੱਤਾ ਡਰਨ ਵਾਲਾ ਦਿੱਤਾ ਆ ਯਸੂ ਨੇ ਤੇ ਤੁਹਾਨੂੰ ਜਿਹੜਾ ਆਤਮਾ ਦਿੱਤਾ ਇਸ ਕਰਕੇ ਦਿੱਤਾ ਕਿ ਤੁਸੀਂ ਤੁਹਾਨੂੰ ਡਰਨ ਵਾਲਾ ਨਹੀਂ ਡਰਾਉਣ ਵਾਲਾ ਆਤਮਾ ਦਿੱਤਾ ਆ ਡਰਨੇ ਕਾ ਨਹੀਂ ਆ ਸਿਗੋ ਡਰਾਣੇ ਕਾ ਆ ਡਰਨੇ ਕਾ ਡਰਾਣੇ ਕਾ ਤੁਸੀਂ ਕੀ ਕਰਨਾ ਡਰਾਉਣਾ ਆ ਹਾਂ ਡੇਲੇ ਕੱਢ ਕੱਢ ਕੇ ਡਰਾਉਣਾ ਹਨਾ ਕਿ ਚੀਚੀਆਂ ਲਾ ਲਾ ਕੇ ਪੈਣਾ ਦੁਸ਼ਟਾ ਭਾਜਾ ਨੇ ਤਾਂ ਹਾਲੇਲੂਯਾ ਤੇਰੇ ਮੂੰਹ ਤੇ ਮਾਰੂੰਗੀ ਹਨਾ ਕੀ ਮਾਰਨਾ ਹਾਲੇਲੂਯਾ ਦਾ ਕਸੁੰਨ ਮਾਰਨਾ ਹੈ ਉਹਦੇ ਉੱਤੇ ਕਿੱਦਾਂ ਮਾਰਨਾ ਡਿਸਕੂ ਕਰਨਾ ਡਿਸੂ ਹਾਲੇਲੂਯਾ ਕੀ ਕਰਨਾ ਕਿੱਦਾਂ ਡਿਸੂ ਹਾਲੇਲੂਯਾ ਤੇ ਹਾਲੇਲੂਯਾ ਦੀ ਆਵਾਜ਼ ਜਿੱਥੋਂ ਆਵੇ ਸ਼ੈਤਾਨ ਉੱਥੋਂ ਭੱਜ ਜਾਂਦਾ ਤੇ ਤੁਹਾਡੇ ਘਰੋਂ ਤੇ ਭੱਜਦਾ ਹੀ ਨਹੀਂ ਪਤਾ ਨਹੀਂ ਕਿੱਦਾਂ ਦਾ ਹਾਲੇਲੂਯਾ ਬੋਲਦੇ ਹੋ ਪਤਾ ਨਹੀਂ ਹਾਲੇਲੂਯਾ ਬੋਲਦੇ ਹੋ ਕਿ ਸਿਰਫ ਉਹ ਹਵਾ ਹੀ ਕੱਢਦੇ ਹੋ ਹਾਂ ਹਨਾ ਇੱਕ ਤਿੰਦ ਨਾ ਹਾਲੇਲੂਯਾ ਤੇ ਕੁੰਦ ਹੋ ਜਾਏ ਦੁਨੀਆ ਹਨਾ ਐਵੇਂ ਫੂਕ ਜੀ ਮਾਰੀ ਆ ਤੇ ਉਹਦੇ ਨਾਲ ਸ਼ੈਤਾਨ ਭੱਜਣ ਵਾਲਾ ਅੱਜ ਅੱਜ ਪਤਾ ਕਿਉਂ ਬੇਇੱਜ਼ਤੀ ਹੁੰਦੀ ਆ ਅੱਜ ਮਸੀਹ ਲੋਕਾਂ ਦੀ ਕਿਉਂ ਬੇਇੱਜ਼ਤੀ ਹੁੰਦੀ ਆ ਕਿਉਂ ਸ਼ੈਤਾਨ ਢਾ ਲੈਂਦਾ ਕਿਉਂ ਪਾਸਟਰ ਜੀ ਤੇ ਤੁਹਾਡੇ ਚਰਚ ਜਾਂਦੀ ਆ ਤੇ ਉਹਨੂੰ ਮੈਂ ਕਹਿੰਦਾ ਨਾ ਤੂੰ ਇਹਨੂੰ ਕਦੀ ਵੇਖਿਆ ਚਰਚ ਆਉਂਦੀ ਨੂੰ ਜੇ ਸਾਲ ਦੇ ਵਿੱਚ ਚਾਰ ਵਾਰੀ ਆ ਗਈ ਆ ਤੇ ਜੱਸੂ ਲਈ ਥੋੜਾ ਆਈ ਆ ਚਾਰ ਵਾਰੀ ਜੇ ਚਰਚ ਵਿੱਚ ਆਇਆ ਵਾ ਤੇ ਜੱਸੂ ਲਈ ਥੋੜਾ ਆਇਆ ਵਾ ਇੱਥੇ ਬੈਠੇ ਕਿੰਨੇ ਨੇ ਜੱਸੂ ਲਈ ਥੋੜਾ ਆਏ ਨੇ
जेड़े जस्सू लई आउंदे ने ओह मुक्ति पाउंदे ने, जेड़े जस्सू लई आउंदे ने ओह शांति पाउंदे ने, जेड़े जस्सू दी लई आउंदे ने ओह जस्सू वर्गे हो जांदे ने। उन्हां दे सुभा यस्सू वर्गे, उन्हां दी सोच यस्सू वर्गे, उन्हां दा रहना यस्सू वर्गा, उन्हां दा बहना यस्सू वर्गा। ओह जस्सू दी ही पासना करदे रहिंदे ने, जस्सू दी ही बंदगी करदे रहिंदे ने। ते ओह भूतां को डरदे नहीं, भूत उन्हां को डरदे ने। बीमारी उन्हां दे अगे अगे भजदी आ, लाचारी उन्हां दे अगे अगे भजदी आ, परेशानी उन्हां दे अगे अगे भजदी आ। परेशान नहीं रहिंदे, ओह आनंद रहिंदे ने, ओह खुश रहिंदे ने। उन्हां दी इह पहचान है। तुसीं ते पास्टरां दी भी बेइज्जती कराउंदे जे जस्सू दी ते कराउणी कराउणी है, लागे गवांढी भी ला ਇਹ ਤੇ ਹੁਣ ਚਰਚ ਜਾਂਦੀ ਸੀ, ਲੈ ਫੇਰ ਚੂੜਾ ਇਹਦਾ, ਫੇਰ ਵਿੰਗਾ ਹੈਂ, ਫੇਰ ਟੀਕੇ ਲਵਾ ਲਵਾ ਕੇ ਟੀਕੇ ਵਰਗੀ ਬਣ ਗਈ ਆ। ਆ ਤੇ ਫੇਰ ਫੇਰ ਇਹਦਾ ਫੇਰ ਉਹੀ ਹਾਲ ਆ। ਯਸੂ ਮਸੀਹ ਮੇਰੀ ਉਹ ਪਿਆਰੀ ਉਹ ਭੈਣੋ, ਯਸੂ ਮਸੀਹ ਦੇ ਜਿਸ ਦਿਨ ਹੋ ਜਾਓਗੇ ਤੇ ਯਸੂ ਕੀ ਕਰ ਦਿੰਦਾ, ਸਿੱਧਿਆ ਕਰ ਦਿੰਦਾ। ਪਹਿਲੇ ਐ ਸੀ ਤੇ ਫੇਰ ਹੁਣ ਐ ਹੋ ਗਏ ਆ। ਬੋਲੋ ਹਾਲੇਲੂਯਾ। ਯਸੂ ਕੀ ਕਰਦਾ ਜੇ, ਉੱਚੀ ਬੋਲੋ, ਸਿੱਧਿਆ ਤੇ ਸਿੱਧਿਆ ਹੋਣਾ ਕਿ ਵਿੰਗਿਆ ਹੀ ਰਹਿਣਾ। ਵਿੰਗਿਆ ਦਾ ਮਤਲਬ ਕੀ ਆ, ਹਾਏ 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 ਹਾਏ, ਬਣੂ ਦੇ ਪਾਪਾ ਆ ਚੂਲੇ ਚ ਦਰਦ ਹੋਣ ਡੀ, ਬੱਬੂ ਦੇ ਪਾਪਾ ਆ ਵੱਖੀ ਗਈ, ਬੱਬੂ ਦੇ ਪਾਪਾ ਆ ਢਿੱਡ ਚ ਪੀੜ ਗਈ, ਹਾਏ ਹੁਣ ਨੀ ਮੈਂ ਰਹਿਣਾ, ਹੁਣ ਮੈਂ ਨੀ ਬਚਣਾ, ਹੁਣ ਨੀ ਮੈਂ ਬਚਣਾ। ਯਸੂ ਤੁਹਾਨੂੰ ਬਚਾਉਣਾ ਚਾਹੁੰਦਾ ਹੈ। ਹਾਏ ਹਾਏ ਮੈਂ ਕਰਦਾ ਰਹਿੰਦਾ, ਮਾਸ ਮੇਰਾ ਸੁੱਕਦਾ ਜਾਂਦਾ। ਬਣਿਆ ਉੱਲੂ ਤੰਦੂਰ, ਫਿਰ ਕਹਿਣਾ ਮੇਰੀ ਦੁਆ ਹੁਣ ਪਹੁੰਚੇ। ਜੇ ਉੱਲੂ ਬਣ ਕੇ ਦੁਆ ਪਹੁੰਚੀ ਤੇ ਕੀ ਫਾਇਦਾ। ਬੋਲੋ ਹਾਲੇਲੂਯਾ। ਅੱਜ ਬਹੁਤ ਸਾਰੇ ਮੌਤ ਦੇ ਵੇਲੇ ਆਮੀਨ, ਲੈ ਮੌਤ ਦੇ ਵੇਲੇ ਆਮੀਨ ਦਾ ਕੀ ਫਾਇਦਾ ਹਨਾ, ਮੌਤ ਵੇਲੇ ਆਮੀਨੀ ਆਮੀਨ। ਹੁਣ ਆਮੀਨ ਦਾ ਅਰਥ ਆ ਮੈਂ ਪ੍ਰਭੂ ਕੋ ਮੰਗਿਆ ਤੇ ਪ੍ਰਭੂ ਨੇ ਮੈਨੂੰ ਕੀ ਕਰ ਦਿੱਤਾ, ਦੇ ਦਿੱਤਾ। ਇਹਦਾ ਅਰਥ ਇਹ ਆ ਤੇ ਜੇ ਮੌਤ ਵੇਲੇ ਮਿਲਿਆ ਤੇ ਕੀ ਮਿਲਿਆ ਸਾਨੂੰ, ਹੁਣ ਯਸੂ ਦੇ ਚਰਨਾਂ ਚ ਆਉਣ ਦੀ ਜ਼ਰੂਰਤ ਆ, ਹੁਣ ਯਸੂ ਦੇ ਕੋਲੋਂ ਲੈਣ ਦੀ ਜ਼ਰੂਰਤ ਆ। ਹੁਣ ਪ੍ਰਭੂ ਕੋਲ ਮੰਗੋ ਤੇ ਪ੍ਰਭੂ ਮੈਨੂੰ ਸ਼ਕਤੀ ਦੇ, ਪ੍ਰਭੂ ਮੈਨੂੰ ਸਮਰਥ ਦੇ। ਤੇ ਜਦੋਂ ਮਰ ਗਈ ਉਦੋਂ ਸਮਰਥ ਦਾ ਫਾਇਦਾ ਕੋਈ ਨਹੀਂ ਆ, ਕਿਉਂਕਿ ਹੁਣ ਤੁਸੀਂ ਯਸੂ ਕੋਲ ਸਮਰਥ ਮੰਗੋਗੇ ਤੇ ਆਮੀਨ ਦੇ ਨਾਲ ਮੰਗੋਗੇ ਤੇ ਹੁਣ ਤੁਹਾਡੇ ਅੰਦਰ ਸ਼ਕਤੀ ਹੋਵੇਗੀ, ਪਾਵਰ ਹੋਵੇਗੀ। ਦੁਆ ਕਰੋਗੇ, ਬੰਦਗੀ ਕਰੋਗੇ ਤੇ ਤੁਸੀਂ ਮਰੋਗੇ ਨਹੀਂ, ਤੁਸੀਂ ਜਿਉਂਦੇ ਰਹੋਗੇ। ਪ੍ਰਭੂ ਦੀ ਬਾਣੀ ਚ ਲਿਖਿਆ ਜਿਹੜੇ ਪ੍ਰਭੂ ਦੇ ਵਿੱਚ ਹੋ ਕੇ ਕੀ ਕਰਦੇ ਨੇ, ਮਰਦੇ ਨੇ, ਉਹ ਮਰਦੇ ਨਹੀਂ ਆ, ਉਹ ਕੀ ਹੁੰਦੇ ਨੇ, ਸੌ ਜਾਂਦੇ ਨੇ।